de valer. ਦੋ ਕੁ ਭਾਂਡੇ ਰਹਿ ਗਏ ਹੁਣ ਆਪੇ ਸ਼ਮੀ ਧੋ ਲੋਗੇ। ਸ਼ਮੀ? ਹਾਂਜੀ ਮੰਮੀ। ਬੇਟਾ ਮੈਂ ਸਬਜ਼ੀ ਵੀ ਬਣਾਤੀ ਆ, ਆਟਾ ਵੀ ਗੁੰਨਤਾ, ਤੇ ਬਸ ਆਹ ਦੋ ਭਾਂਡੇ ਰਹਿ ਗਏ, ਬਾਕੀ ਤੇ ਮੈਂ ਭਾਂਡੇ ਸਾਫ਼ ਕਰਤੇ ਆ। ਤੇ ਮੇਰੀ ਧੀ ਹੁਣ ਇੰਝ ਕਰ, ਫੁਲਕੇ ਲਾ ਲਾ, ਆਹ ਦੋ ਕੁ ਭਾਂਡੇ ਆ ਇਹ ਵੀ ਸਾਫ਼ ਕਰ ਦੇ। ਠੀਕ ਆ ਮੰਮੀ। ਫੁਲਕੀ ਲੈ ਲੈ ਤੇ ਅਦੋ ਕੁ ਭਾਂਡੇ ਸਾਫ਼ ਕਰਦੇ, ਜਦੋਂ ਨਹੀਂ ਉਦੋਂ ਬਸ ਕੰਮ ਹੀ ਕਰਾਉਂਦੇ ਰਹਿੰਦੇ, ਦੋ ਮਿੰਟ ਕਿਤੇ ਬਹਿ ਨਹੀਂ ਦੇਣਾ ਇਹਨਾਂ ਨੇ ਮੈਨੂੰ। ਕੰਮ ਖੇ ਕੀਤਾ ਵਾ, ਫੁਲਕੇ ਵੀ ਮੈਂ ਲਾਵਾਂ ਤੇ ਭਾਂਡੇ ਵੀ ਅਸੀਂ ਦੋ ਕੁ ਤੂੰ ਧੋਲਾ। ਚਲੋ ਮਸਾ ਹੀ ਕੰਮ ਨਿਬੇੜਿਆ, ਰਾਤੀ ਸੀਰੀਅਲ ਦੀ ਕਿਸ਼ਤ ਵੀ ਨਹੀਂ ਵੇਖੀ, ਉਹ ਵੇਖਦੀ ਹਾਂ। ਸ਼ਮੀ। ਹਾਂਜੀ ਮੰਮੀ। ਪੁੱਤਰ ਕਰਤੇ ਭਾਂਡੇ ਸਾਫ਼? ਹਾਂ ਮੰਮੀ, ਫੁਲਕੇ ਵੀ ਲਾਹੀ, ਭਾਂਡੇ ਵੀ ਸਾਫ਼ ਕਰਤੇ ਆ। ਤੇ ਇੰਝ ਕਰ, ਮੈਂ ਨਾ ਕੱਪੜੇ ਧੋਤੇ ਆ ਤੇ ਟੱਪ 'ਚ ਪਾਤੇ। ਮੇਰੀ ਧੀ ਜਾਂ ਟੱਪ ਕੋਠੇ ਲੈ ਜਾ, ਕੱਪੜੇ ਪਾਇਆ ਤੇ ਚੁੰਨੀਆਂ ਨਾ ਮੇਰੀ ਧੀ ਪਹਿਲਾਂ ਪਾਵੀਂ, ਉਹ ਨਾਲ ਹੀ ਤਹਿ ਲਾ ਕੇ ਲੈ ਆਵੀਂ ਥੱਲੇ, ਠੀਕ ਹੈ? ਤੇ ਪੱਗ ਵੀ ਪਾ ਦੇ ਜਾ ਮੇਰੀ ਧੀ। ਤੇ ਗੱਲ ਸੁਣ, ਜਰਾਬਾਂ ਨਾ ਚੰਗੀ ਤਰ੍ਹਾਂ ਪਾਵੀਂ, ਜੇ ਤੂੰ ਜਰਾਬਾਂ ਪਾਉਂਦੀ ਆ ਨਾ ਉਹ ਇੱਕ ਕਿਤੇ ਪਾਉਂਦੀ ਇੱਕ ਕਿਤੇ ਪਾਉਂਦੀ, ਪੁੱਤ ਇਸ ਤਰ੍ਹਾਂ ਮੁਸ਼ਕਲ ਹੁੰਦੀ ਹੈ। ਪਤਲੇ ਜਿਹੜੇ ਰੁਮਾਲ ਪਾਏਗੀ ਨਾ ਸੁਪਨੇ, ਉਹ ਵੀ ਥੋੜ੍ਹਾ ਹਿਸਾਬ ਨਾਲ ਪਾਵੀਂ, ਥੱਲੇ ਡਿੱਗਣ ਨਾ, ਅੱਜ ਕੱਲ੍ਹ ਹਵਾ ਲੱਗ ਪਈਆਂ ਨਾ ਚੱਲਣ, ਠੀਕ ਹੈ ਮੰਦੀ? ਜਦ ਮੇਰਾ ਪੁੱਤ, ਮੈਂ ਮਸ਼ੀਨ ਧੋ ਲਵਾਂ ਜਰਾ। ਜੰਬ ਕਰੋ ਕਦੀ ਕੋਈ ਜੰਬ ਕਰੋ, ਕਿਤੇ ਇੱਕ ਮਿੰਟ ਵੀ ਕਿਤੇ ਵਿਹਲੇ ਨਹੀਂ ਬਹਿਣ ਦਿੰਦੇ ਹੈਗੇ, ਕੋਈ ਹਾਲ ਨਹੀਂ ਇਹਨਾਂ ਦਾ, ਕਦੀ ਆਹ ਕਰਦੇ ਕਦੀ ਉਹ ਕਰਦੇ, ਮੈਂ ਆਹ ਕਰਤਾ ਈ ਤੂੰ ਆਹ ਕਰ ਲਾ, ਹੁਣ ਜੋ ਮਰਜ਼ੀ ਕਹਿਣ ਮੈਨੂੰ, ਮੈਂ ਹੁਣ ਕੋਈ ਕੰਮ ਨਹੀਂ ਕਰਨਾ, ਆਪੇ ਕਰਨਾ ਤੇ ਨਾ ਕਰਨਾ ਇਹਨਾਂ ਦੀ ਮਰਜ਼ੀ ਆ। ਹੈਲੋ। ਹਾਂ ਹਾਂ ਸਤਿ ਸ਼੍ਰੀ ਅਕਾਲ, ਕੀ ਹਾਲ ਏ? ਮੈਂ ਵੀ ਠੀਕ ਆ, ਮੈਂ ਵੀ ਠੀਕ ਆ, ਤੂੰ ਸੁਣਾ ਠੀਕ ਠਾਕ? ਹੋਰ ਦੱਸ ਪਰਿਵਾਰ ਕਿੱਦਾਂ ਏ? ਸਭ ਵਧੀਆ। ਚੱਲ ਵਧੀਆ ਹੀ ਚਾਹੀਦਾ ਵਾ, ਹੋਰ ਕੀ ਕਰਨ ਡਈ ਆ? ਕੁਛ ਨਹੀਂ ਕਰਨਾ, ਕੀ ਆ ਮੇਰੀ ਤੇ ਮੈਂ ਅੱਜ ਵੇਖਿਆ, ਮੈਂ ਵੇਖਾਂ ਸ਼ਮੀ ਨੂੰ ਫੋਨ ਹੀ ਨਹੀਂ ਕੀਤਾ, ਵਿਆਹ ਤੋਂ ਬਾਅਦ ਕੀ ਚ ਕਿੱਦਾਂ ਦੀ ਚੱਲਣ ਡਈ ਮੈਰਿਜ ਲਾਈਫ ਫਿਰ? ਨੀ ਮੈਰਿਜ ਲਾਈਫ ਖੇ ਤੇ ਸਵਾ ਅੰਤਰੀ, ਮੈਰਿਜ ਲਾਈਫ ਚੱਲਣ ਡਈ ਨੀ, ਆ ਬੁੱਢੜੀ ਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਈ ਹੈ। ਆ ਹੁਣੇ ਆਂਦੀ ਅਹੇ ਮੈਂ ਭਾਂਡੇ ਮਾਂਜਤੇ, ਆਟਾ ਗੁੰਨਤਾ ਵਾ, ਹੁਣ ਨਾ ਦੋ ਕੁ ਭਾਂਡੇ ਤੂੰ ਮਾਂਜ ਲਾ, ਫੁਲਕੇ ਤੂੰ ਲਾ ਲਾ, ਹੁਣ ਕੱਪੜੇ ਆਂਦੀ ਸੁੱਕਣੇ ਪਾ ਕੇ ਆ, ਅਜੇ ਮੈਂ ਆਣ ਕੇ ਬਹਿੰਦੀ ਆ, ਫੋਨ ਫੜਦੀ ਆ ਵੀ ਚੱਲ ਤੈਨੂੰ ਫੋਨ ਕਰਦੀ ਆ, ਜਾਂ ਮੈਂ ਕਿਤੇ ਫੋਨ 'ਚ ਕੁਝ ਵੇਖਦੀ ਆ ਤੇ ਉਸ ਵੇਲੇ ਮੇਰੇ ਦੁਆਲੇ ਫੇਰ ਆ ਜਾਂਦੀ ਆ, ਸ਼ਮੀ ਆਹ ਕੰਮ ਕਰਦੀ, ਸ਼ਮੀ ਉਹ ਕੰਮ ਕਰਦੀ, ਹਾਂ ਕੁਝ ਕਰਦੀ ਹੈ ਤੇ ਫਿਰ ਬੜਾ ਹੀ ਔਖਾ ਹੋ ਜਾਂਦਾ।
ਮੇਰਾ ਤੇ ਤੂੰ ਮੰਨਣਾ ਨਹੀਂ ਆ ਭੈਣਾ, ਕਿਤੇ ਮੇਰਾ ਜੀਣਾ ਹਰਾਮ ਹੋਇਆ ਈ, ਕਿਤੇ 2 ਮਿੰਟ ਨੀ ਮੈਨੂੰ ਚੈਨ ਲੈਣ ਦਿੰਦੀ। ਮੇਰੇ ਕੋਲ ਆਪਣੇ ਵਾਸਤੇ ਟਾਈਮ ਹੀ ਨੀ ਹੁੰਦਾ ਜਿਹੜਾ ਮੈਂ ਤੇਰੇ ਘਰ ਆ ਸਕਾਂ, ਤੈਨੂੰ ਫੋਨ ਕਰ ਸਕਾਂ, ਜਾਂ ਮੈਂ ਆਪਣੀ ਕੋਈ ਲਾਈਫ ਜੀ ਸਕਾਂ। ਬੜਾ ਹੀ ਬੁਰਾ ਹਾਲ ਈ ਮੇਰਾ, ਮੈਂ ਕੀ ਕਰਾਂ ਦੱਸ? ਮੈਂ ਤਾਂ ਵਕਤ ਨੂੰ ਫੜੀ, ਭਾਜੀ ਤੇਰੇ ਤੇ ਵਾਹਵਾ ਕੰਮ ਤੇ ਚੱਲ ਜਾਂਦੇ ਆ ਤੇ ਇਹ ਮੇਰੇ ਜੋਗੀ ਛੱਡ ਜਾਂਦੇ ਮਗਰੋਂ। ਨਹੀਂ ਕੀ ਮੈਨੇਜ ਕਰਨਾ, ਖੇਤ ਸਵਾ ਮੈਨੂੰ ਹੱਲ ਦੱਸ ਕੋਈ, ਮੈਂ ਕੀ ਕਰਾਂ? ਕੀ ਕਰੀ ਜਾਂਦੀ ਹੁਣ? ਮੈਂ ਤੈਨੂੰ ਆਖਣ ਦੀ ਮੈਨੂੰ ਕੋਈ ਹੱਲ ਦੱਸ ਇਹਦਾ। ਹਾਂ ਨੀ ਆ ਵੇਲਾ ਵਿੱਚੇ ਫਿਰ ਆਵਾਜ਼ਾਂ ਮਾਰਨ ਡੀ, ਇਹਨੂੰ ਬੁੱਢੀ ਨੂੰ ਚੈਨ ਹੀ ਨੀ ਹੈਗਾ, ਮੈਂ ਤੈਨੂੰ ਕੀ ਦੱਸਾਂ? ਮੰਮੀ ਆਈ, ਇੱਕ ਮਿੰਟ ਫੋਨ ਆਉਣ ਡਿਆ ਵਾ। ਨਹੀਂ ਆ ਤੇ ਸਹੀ ਕਹਿਣ ਡੀ ਆ ਤੂੰ, ਵੈਸੇ ਆ ਵਧੀਆ ਹੀ ਮੇਰੇ ਵਾਸਤੇ ਸੌਖਾ ਕੰਮ, ਚੁੱਪ ਕਰਕੇ ਆਪਣੀ ਤੇ ਆਪਣੇ ਘਰ ਵਾਲੇ ਦੀ ਰੋਟੀ ਪਕਾਈ। ਮੈਂ ਤੇ ਐਵੇਂ ਫਸੀ ਪਈ ਇਹਨਾਂ ਦੇ ਵਿੱਚ, ਆਪਣੀ ਪਕਾਵੇ ਤੇ ਖਾਵੇ। ਆਹ ਵਧੀਆ ਹੀ ਸਕੀਮ ਆ, ਚੱਲ ਹੁਣ ਮੈਂ ਇੱਦਾਂ ਹੀ ਕਰਦੀ ਹਾਂ। ਇੱਦਾਂ ਵਾ ਕਿ ਸੌਦਾ ਵੀ ਲਿਆਉਣ ਵਾਲਾ, ਮੈਂ ਤੇ ਹੁਣ ਆਪਣਾ ਵੱਖਰਾ ਸੌਦਾ ਲਿਆ ਕੇ ਤੇ ਵੱਖਰੀ ਰੋਟੀ ਬਣਾਉਣੀ ਆ। ਆਹ ਗਲੋਂ ਖਾ ਲਾਉਂਦੀ ਹਾਂ ਮੈਂ, ਆਪਣਾ ਕਰੇ ਤੇ ਖਾਵੇ। ਨਹੀਂ ਅੱਗ ਲੱਗ ਜਾ ਤੇਰੀ ਚੁੰਨੀ ਨੂੰ। ਚੰਗਾ ਚੰਗਾ ਬੰਦ ਕਰਦੇ, ਸੋਹਣਾ ਲੱਗਦੇ। ਚੱਲ ਓਕੇ, ਮੈਂ ਕਰਦੀ ਗੱਲ ਅੱਜ ਦਿਲ ਕੱਢ ਕੇ। ਤੂੰ ਤੇ ਹੱਲ ਦੱਸਦਾ, ਮੈਂ ਹੁਣ ਗੱਲ ਕਿੱਦਾਂ ਕਰਾਂ? ਸ਼ੰਮੀ। ਹਾਂਜੀ ਮੰਮੀ। ਪੁੱਤਰ ਮੈਂ ਤੈਨੂੰ ਕਿੰਨੀਆਂ ਆਵਾਜ਼ਾਂ ਮਾਰਨ ਡਈ ਸੀ। ਅੱਛਾ ਤੇ ਦੱਸ ਚੁੰਨੀਆਂ ਕਿੱਥੇ ਪੁੱਤ? ਚੁੰਨੀਆਂ ਤੇ ਮੰਮੀ ਮੈਂ ਤੈਅ ਕਰਕੇ ਤੁਹਾਡੀ ਅਲਮਾਰੀ 'ਚ ਰੱਖਦੀਆਂ ਵਾਂ। ਪੁੱਤਰ ਮੈਨੂੰ ਤਾਂ ਕਿਤੇ ਵਿਖੀਆਂ ਨੇ, ਮੈਂ ਕਿਹਾ ਫਿਰ ਧੋਪਿਆ ਨਾ ਰੰਗ ਫੇਡ ਹੋ ਜਾਊਗਾ। ਨਹੀਂ ਨਹੀਂ ਮੈਂ ਰੱਖਦੀਆਂ ਸੀ, ਮੈਂ ਪਹਿਲੇ ਚੁੱਕ ਲਈਆਂ ਸੀ ਮੰਮੀ ਸਾਰੀਆਂ। ਅੱਛਾ ਤੇ ਇੰਜ ਕਰ ਮੇਰੀ ਧੀ, ਮੇਰੇ ਕੋਲ ਨਾ ਉੱਪਰ ਹੱਥ ਨਹੀਂ ਮੇਰਾ ਬੰਦਾ, ਥੋੜੀ ਜਿਹੀ ਨਾ ਉੱਪਰੋਂ ਮਾੜੀ ਜਿਹੀ ਸਫਾਈ ਕਰ ਦੇ ਮੇਰੀ ਧੀ, ਠੀਕ ਹੈ? ਬਾਕੀ ਤਾਂ ਮੈਂ ਥੱਲੇ ਥੱਲੇ ਕਰ ਲੈਂਦੀ। ਮੰਮੀ ਮੇਰੀ ਸੁਣੋ ਗੱਲ, ਮੇਰੇ ਕੋਲ ਹੁਣ ਹੋਰ ਬੋਝ ਨਹੀਂ ਚੁੱਕਿਆ ਜਾਂਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ। ਬੋਝ ਨਹੀਂ ਚੁੱਕਿਆ ਜਾਂਦਾ? ਆਹੋ ਮੰਮੀ, ਪਤਾ ਕੀ ਆ, ਐਵੇਂ ਗੁੱਸਾ ਨਾ ਕਰਿਓ ਗੱਲ ਦਾ, ਸਾਰਾ ਦਿਨ ਮੇਰੇ ਕੋਲ ਆਪਣੇ ਜੋਗਾ ਤੇ ਟਾਈਮ ਹੀ ਨਹੀਂ ਮਿਲਦਾ। ਮੈਂ ਦੱਸੋ ਕੀ ਕਰਾਂ, ਮੈਂ ਤੇ ਕਦੀ ਆਹ ਕਰ ਉਹ ਕਰ ਆਹ ਕਰ ਉਹ ਕਰ, ਮੈਂ ਤੇ ਇਸੇ ਤਰ੍ਹਾਂ ਸਾਰਾ ਦਿਨ ਹੀ ਲੱਗੀ ਰਹਿੰਦੀ ਆ। ਵੇਖ ਲਓ ਮੈਂ ਨਾ ਆਪਣਾ ਸੌਦਾ ਲੱਗ ਹੀ ਲਿਆਉਣਾ ਵਾ ਤੇ ਆਪਣੀ ਰੋਟੀ ਵੱਖਰੀ ਪਕਾਉਣੀ ਆ। ਅੱਜ ਕੱਲ ਕਿੱਥੋਂ ਕੁੜੀਆਂ ਕੋਈ ਇੰਨਾ ਕੰਮ ਹੁੰਦਾ ਵਾ ਜਿੰਨਾ ਤੁਸੀਂ ਕਹਿੰਦੇ ਜੇ ਮੈਨੂੰ। ਰੋਟੀ ਵੱਖਰੀ ਬਣਾਉਣੀ ਆ? ਆਹੋ ਮੰਮੀ, ਗੁੱਸਾ ਨਾ ਕਰਿਓ, ਹਰ ਘਰ ਦੀ ਕਹਾਣੀ ਆ, ਇਹ ਕਿਹੜਾ ਵੀ ਸਾਡੇ ਨਾਲ ਹੀ ਹੋਣ ਡਈ, ਤੁਹਾਨੂੰ ਪਤਾ ਹੀ ਆ ਜਦ ਕੁੜੀਆਂ ਜ਼ਿਆਦਾ ਬੋਝ ਸਮਝਦੀਆਂ ਤੇ ਅੱਡ ਹੁੰਦੀਆਂ ਹੀ ਆ, ਇਹਦੇ 'ਚ ਕਿਹੜੀ ਗੱਲ ਆ? ਫਿਰ ਪੁੱਤਰ ਤੂੰ ਅੱਡ ਕਿਹਦੇ ਨਾਲ ਹੋਣਾ? ਤੁਹਾਡੇ ਨਾਲ, ਹੋਰ ਕਿਹਦੇ ਨਾਲ ਆ? ਮੇਰੇ ਨਾਲ ਅੱਡ ਹੋਣਾ ਤੇ ਤੁਹਾਡੇ ਨਾਲ ਹੀ ਹੋਊਗੀ, ਪਰ ਮੈਂ ਆਪਣਾ ਘਰ ਵਾਲਾ ਥੋੜ੍ਹੀ ਛੱਡ ਦੂੰਗੀ। ਨਹੀਂ ਨਹੀਂ ਪੁੱਤ, ਮੈਂ ਤੈਨੂੰ ਕਦੋਂ ਕਿਹਾ ਕਿ ਤੂੰ ਆਪਣਾ ਘਰ ਵਾਲਾ ਛੱਡ? ਪਰ ਮੇਰੀ ਗੱਲ ਸੁਣ, ਆਪਾਂ 4 ਜੀ ਤੇ ਹੈਗੇ ਆ, ਤੈਨੂੰ ਇਹ ਵੀ ਭਾਰੇ ਲੱਗਦੇ? ਭਾਰੇ ਤਾਂ ਮੰਮੀ ਲੱਗਣੇ ਹੀ ਆ ਜਦੋਂ ਮੈਨੂੰ ਕੰਮ ਕਰਨਾ ਪੈਂਦਾ, ਇਸ ਕਰਕੇ ਮੈਂ ਆਪਣਾ ਸੌਦਾ ਅਲੱਗ ਲਿਆਉਣਾ ਤੇ ਆਪਣੀ ਰੋਟੀ ਵੱਖਰੀ ਪਕਾਉਣੀ ਆ, ਬਸ ਇਸ ਤੋਂ ਵੱਧ ਮੈਂ ਕੁੱਝ ਨਹੀਂ ਸੁਣਨਾ ਚਾਹੁੰਦੀ। ਪੁੱਤ ਜੇ ਤੈਨੂੰ ਕੰਮ ਦੀ ਗੱਲ ਆ, ਕੰਮ ਮੈਂ ਕਰ ਲਾਂਗੀ, ਪਰ ਤੂੰ ਅੱਡ ਨਾ ਹੋ। ਰਿਸ਼ਤੇਦਾਰ ਭੈਣ ਭਰਾਵਾਂ ਨੂੰ ਕੀ ਕਵਾਂਗੇ ਆਪਾਂ, ਇੱਕੋ ਇੱਕ ਇਹਦੀ ਨੂੰਹ ਆ, ਉਹਦੇ ਨਾਲ ਵੀ ਅੱਡ ਹੋ ਗਈ ਆ,
ਤੈਨੂੰ ਨੀ ਕਿਸੇ ਨੇ ਕਹਿਣਾ, ਮੈਨੂੰ ਕਹਿਣਾ ਕਿਸੇ ਨੇ। ਇਹ ਤੁਹਾਡੀ ਪ੍ਰੋਬਲਮ ਆ, ਇਹ ਮੇਰੀ ਪ੍ਰੋਬਲਮ ਨੀ ਹੈਗੀ। ਇਹ ਤੁਸੀਂ ਵੇਖੋ ਕਿ ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ। ਮੇਰੀ ਗੱਲ ਸੁਣ ਪੁੱਤ, ਬਾਹਰ ਨਾ ਤੂੰ ਜਾ, ਇੰਜ ਕਰ ਤੂੰ ਘਰ 'ਚ ਹੀ ਅੱਡ ਹੋ ਜਾ। ਤੂੰ ਆਪਣਾ ਰੋਟੀ ਪਾਣੀ ਕੱਪੜਾ ਜਿਹੜਾ ਜੋ ਤੂੰ ਚਾਹੁੰਦੀ ਤੂੰ ਆਪਣਾ ਆਪ ਹੀ ਕਰ, ਮੇਰਾ ਕੁਝ ਵੀ ਨਾ ਕਰ, ਠੀਕ ਆ? ਅਤੇ ਦੂਜੀ ਗੱਲ, ਤੈਨੂੰ ਪਤਾ ਆਪਣੇ ਚਾਰ ਭੈਣ ਭਰਾ ਇੱਥੇ ਲਾਗੇ ਵੀ ਰਹਿੰਦੇ, ਗਲੀ ਮਹੱਲਾ, ਅਤੇ ਤੂੰ ਕਿਸੇ ਨਾਲ ਗੱਲ ਨਾ ਕਰੀ, ਆਪਣਾ ਕੰਮ ਆਪ ਹੀ ਕਰ, ਠੀਕ ਹੈ? ਆਪਣਾ ਆਪ ਹੀ ਕਰ ਲਿਆ ਕਰਾਂਗੇ, ਠੀਕ ਹੈ? ਮੈਂ ਕਿਸੇ ਨਾਲ ਗੱਲ ਨਹੀਂ ਕਰਦੀ, ਪਰ ਮੈਂ ਰਹਿਣਾ ਅੱਡ ਜੇ। ਹਾਂ ਹਾਂ, ਤੂੰ ਅੱਡ ਰਹਿ, ਠੀਕ ਹੈ? ਤੂੰ ਖੁਸ਼ ਰਹਿਣੀ ਚਾਹੀਦੀ, ਪਰ ਇਹ ਗੱਲ ਕਿਸੇ ਨਾਲ ਨਾ ਕਰੀ ਕਿ ਤੂੰ ਆਪਣਾ ਰੋਟੀ ਪਾਣੀ ਅੱਡ ਭਰਾਨੀ ਆ, ਠੀਕ ਹੈ? ਖੁਸ਼ ਰਹਿ, ਚਾਹੋ ਹੁਣ? ਹਾਂ ਪੁੱਤ, ਚੱਲੇ। ਚੱਲ ਆ ਵੀ ਵਧੀਆ ਕਹਿ ਗਈ ਆ ਕਿ ਘਰੇ ਅੱਡ ਹੋ ਅਤੇ ਸੌਦਾ ਲਿਆ ਕੇ ਅਤੇ ਆਪਣੀ ਰੋਟੀ ਵੱਖਰੀ ਪਕਾਵਾ, ਚੰਗਾ ਸਗੋਂ ਮੇਰਾ ਤਾਂ ਬਾਹਰ ਦਾ ਕਿਰਾਇਆ ਬਚੂਗਾ। ਮੈਂ ਕੀ ਕਰਨ ਨੂੰ ਬਾਹਰ ਜਾਣਾ ਵਾ, ਲਾਉਣੀ ਤਾਂ ਬੁੱਢੀ ਗਲੋਂ ਆ, ਪਾਉਣਾ ਤਾਂ ਕੰਮ ਦਾ ਛੁਟਕਾਰਾ ਆ ਜਿਹੜਾ ਸਾਰਾ ਮੈਨੂੰ ਕਰਨਾ ਪੈਂਦਾ ਵਾ। ਆਪ ਅੱਧਾ ਕੰਮ ਕਰਦੀ ਹੈ ਅਤੇ ਅੱਧਾ ਮੈਨੂੰ ਕਰਨਾ ਪੈਂਦਾ। ਚੱਲ ਮਣਾ, ਮੈਂ ਇਹਨਾਂ ਨੂੰ ਫੋਨ ਕਰਾਂ, ਸੌਦਾ ਭੇਜਣਗੇ ਅਤੇ ਫਿਰ ਹੀ ਰੋਟੀ ਬਣੂਗੀ ਨਾ ਮੇਰੀ। ਫੋਨ ਕਰਾਂ ਨਾ, ਇਹਨਾਂ ਨੂੰ ਕਰਦੀ ਫੋਨ। ਮੇਰੀ ਗੱਲ ਸੁਣੋ, ਮੈਨੂੰ ਨਾ ਥੋੜ੍ਹਾ ਜਿਹਾ ਸੌਦਾ ਚਾਹੀਦਾ ਵਾ, ਘਰੇ ਰੋਟੀ ਬਣਾਉਣ ਵਾਲੀ ਪਈ ਆ ਅਤੇ ਉਹ ਭੇਜ ਦਿਓ ਛੇਤੀ। ਲਿਸਟ ਮੈਂ ਯਾਰ ਅੱਗੋਂ ਅੱਧਾ ਤੁਹਾਨੂੰ ਲਿਖਾਉਣ ਲੱਗੀ ਹਾਂ, ਲੂਣ ਹਲਦੀ ਅਤੇ ਮੇਰੀ ਗੱਲ ਸੁਣੋ ਧਿਆਨ ਨਾਲ, ਅਤੇ ਸਰਫ ਦਾ ਪੈਕਟ ਭੇਜ ਦਿਓ ਅਤੇ ਸ਼ੈਂਪੂ। ਹਾਂ ਅਤੇ ਠੀਕ ਹੈ, ਠੀਕ ਹੈ, ਟੈਲੀਫੋਨ ਨਾ ਕਰੀ ਜਾਈ। ਦੱਸ ਮੈਂ ਹੁਣ ਕੋਈ ਚੀਜ਼ ਕਹਿਣੀ ਆ ਤੇ ਇਹਨਾਂ ਨੂੰ ਕਹਿਣੀ ਆ, ਮੈਂ ਕਿਹਨੂੰ ਕਹਿਣੀ ਆ? ਚੱਲ ਸਬਜ਼ੀ ਤੇ ਹੋ ਗਈ ਤਿਆਰ, ਹੁਣ ਮੈਂ ਰੋਟੀ ਬਣਾਵਾਂ। ਹਾਏ ਰੱਬਾ, ਆਟਾ ਤੇ ਹੈ ਹੀ ਨਹੀਂ, ਇਹ ਤੇ ਗੁੱਜਾ ਆਟਾ ਮੰਮੀ ਦਾ ਪਿਆ ਫਰਿੱਜ 'ਚ, ਹੁਣ ਮੇਰਾ ਆਟਾ। ਹੋਏ, ਮੈਨੂੰ ਤੇ ਆਟਾ ਵੱਖਰਾ ਮੰਗਾਉਣਾ ਪਊਗਾ, ਨਾ ਮੈਂ ਖੰਡ ਪੱਤੀ ਮੰਗਾਈ ਉਹਨਾਂ ਕੋਲ, ਚਾਹ ਕਿੱਥੋਂ ਪੀਊਂਗੀ ਯਾਰ? ਫਿਰ ਫੋਨ ਕਰਨਾ ਪੈਣਾ, ਉੱਤੋਂ ਮੈਨੂੰ ਕਹਿੰਦਾ ਫੋਨ ਨਾ ਕਰੀ ਮੈਨੂੰ ਬਾਰ ਬਾਰ। ਚੁੱਕ ਲਓ ਫੋਨ, ਮੈਨੂੰ ਤਾਂ ਭੁੱਖ ਵੀ ਲੱਗੀ ਆ, ਫੁਲਕਾ ਲਾਉਣਾ ਸੀ। ਮੇਰੀ ਗੱਲ ਸੁਣੋ, ਨਾ ਮੈਂ ਖੰਡ ਪੱਤੀ ਤੁਹਾਨੂੰ ਕਹੀ ਆ ਤੇ ਨਾ ਆਟਾ ਕਿਹਾ ਵਾ, ਤੇ ਮੈਂ ਤੇ ਚਾਹ ਪੀਣ ਤੋਂ ਵੀ ਬੈਠੀ ਤੇ ਰੋਟੀ ਖਾਣ ਤੋਂ ਵੀ ਬੈਠੀ ਆ, ਹੁਣ ਕੀ ਕਰਾਂ? ਓਹੋ ਠੀਕ ਆ, ਕੀ ਕਰਾਂ ਯਾਰ, ਮੈਂ ਤਾਂ ਮੁਸੀਬਤ 'ਚ ਪੈ ਗਈ, ਨਾ ਰੋਟੀ ਖਾਧੀ ਜਾਣੀ ਤੇ ਨਾ ਚਾਹ ਪੀਤੀ ਜਾਣੀ, ਮੈਂ ਕਿਹੜੇ ਵਕਤ ਨੂੰ ਫੜ ਗਈ? ਹਾਏ ਰੱਬਾ, ਕਮਰੇ 'ਚ ਵੀ ਸਾਰੇ 'ਚ ਖਲਾਰਾ ਪਿਆ ਹੋਇਆ ਵਾ, ਅੱਗੇ ਤੇ ਮੰਮੀ ਜੀ ਸਵੇਰੇ ਸਵੇਰੇ ਮੇਰਾ ਕਮਰਾ ਸੈੱਟ ਕਰ ਦਿੰਦੇ ਸੀ,
ਕੱਪੜੇ ਉਹ ਧੋਣ ਵਾਲੇ ਪਏ ਇਹਨੇ ਕੱਪੜੇ ਵੀ ਧੋ ਕੇ ਪਾ ਦਿੰਦੇ ਸੀ ਮੈਨੂੰ ਬਸ ਕਹਿੰਦੇ ਸੀ ਉੱਤੋਂ ਲਾਹ ਲਿਆਵੀਂ ਤੇ ਤੈਅ ਕਰ ਲਈ ਕਮਰਾ ਉਹ ਸੈੱਟ ਕਰ ਦਿੰਦੇ ਸੀ ਸਬਜ਼ੀ ਭਾਜੀ ਉਹ ਬਣਾ ਲੈਂਦੇ ਸੀ ਆਟਾ ਵੀ ਗੁੰਨ ਦਿੰਦੇ ਸੀ ਸਿਰਫ ਮੈਨੂੰ ਤੇ ਫੁਲਕੇ ਹੀ ਲਾਉਣੇ ਪੈਂਦੇ ਸੀ ਹੁਣ ਤੇ ਸਾਰਾ ਕੰਮ ਹੀ ਮੇਰੇ ਤੇ ਆਣ ਡਿੱਗਾ ਮੈਂ ਕੀ ਕਰੂੰਗੀ ਚੰਗਾ ਵਕਤ ਨੂੰ ਫੜੀ ਗਈ ਮੈਂ ਵਿਮਲ ਦੇ ਮਗਰ ਲੱਗ ਕੇ ਅਖੇ ਅੱਡ ਹੋ ਜਾ ਨਾ ਸਵੇਰ ਦੀ ਚਾਹ ਪੀਤੀ ਤੇ ਨਾ ਰੋਟੀ ਖਾਧੀ ਕਿੱਥੇ ਫਸ ਗਈ ਰੱਬਾ ਮੈਂ ਸਿਰ ਪੀੜੋਂ ਡਿਆ ਵਾ ਇਹਨਾਂ ਦਾ ਤੇ ਵਿਹਲ ਹੀ ਨਹੀਂ ਹੈਗਾ ਕੰਮ 'ਚ ਅੱਗੇ ਕਿਹੜਾ ਚੀਜ਼ ਕੋਈ ਲਿਆ ਕੇ ਦਿੰਦੇ ਆ ਸਾਰਾ ਕੁਛ ਤੇ ਮੰਮੀ ਜੀ ਲੈ ਕੇ ਆਉਂਦੇ ਸੀ ਮੈਨੂੰ ਕੀ ਪਤਾ ਸੀ ਮੇਰਾ ਇੰਨਾ ਮਾੜਾ ਹਾਲ ਹੋ ਜੂਗਾ ਇੱਕ ਦੋ ਦਿਨਾਂ 'ਚ ਮੈਂ ਕੀ ਕਰਾਂ ਹੁਣ ਸ਼ਮੀ ਹਾਂਜੀ ਮੰਮੀ ਆ ਜਾਓ ਮੰਮੀ ਚਾਹ ਨਹੀਂ ਪੀਤੀ ਹਜੇ ਤੱਕ ਰੋਟੀ ਵੀ ਨਹੀਂ ਖਾਧੀ ਨਹੀਂ ਮੰਮੀ ਸਮਾਨ ਹੀ ਨਹੀਂ ਲਿਆ ਕੇ ਦੇਂਦੇ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਤੁਹਾਨੂੰ ਪਤਾ ਅੱਗੇ ਵੀ ਨਹੀਂ ਟਾਈਮ ਹੁੰਦਾ ਉਹਨਾਂ ਕੋਲ ਕੋਈ ਚੀਜ਼ ਲਿਆਉਣ ਦਾ ਸਾਰਾ ਕੁਛ ਤੁਸੀਂ ਲੈ ਕੇ ਆਉਂਦੇ ਹੋ ਬਸ ਕਰ ਨਾ ਰੋ ਮੈਂ ਤੇਰੀ ਚਾਹ ਵੀ ਬਣਾਤੀ ਆ ਤੇ ਮੂਲੀ ਵਾਲੀ ਪਰੌਂਠੀ ਵੀ ਬਣਾਤੀ ਆ ਮੈਨੂੰ ਮਾਫ ਕਰ ਦਿਓ ਮੈਂ ਵੀ ਫੈਸਲਾ ਲੈ ਲਿਆ ਕਿ ਮੈਂ ਅਲੱਗ ਰੋਟੀ ਬਣਾਉਣੀ ਹੈ ਤੇ ਤੁਹਾਡੇ ਤੋਂ ਅਲੱਗ ਹੋ ਕੇ ਰਹਿਣਾ ਵਾ ਮੈਂ ਕੰਮ ਨਹੀਂ ਕਰਨਾ ਮੇਰਾ ਤਾਂ ਸਾਰਾ ਖਿਲਾਰਾ ਉੱਦਾਂ ਹੀ ਪਿਆ ਵਾ ਤੁਸੀਂ ਮੇਰੇ ਨਾਲ ਕਿੰਨੀ ਹੈਲਪ ਕਰ ਦਿੰਦੇ ਸੀ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਕੰਮ ਖਤਮ ਹੋ ਜਾਂਦਾ ਸੀ ਮੈਂ ਤਾਂ ਸਿਰਫ ਮਾੜਾ ਮੋਟਾ ਹੀ ਕੰਮ ਕਰਦੀ ਸੀ ਪਰ ਮੈਂ ਗਲਤ ਸੋਚ ਸੋਚ ਲਈ ਮਨ 'ਚ ਕਿ ਸਾਰਾ ਕੁਛ ਮੈਂ ਹੀ ਕਰਦੀ ਮੇਰੇ ਬਿਨਾਂ ਕੁਛ ਹੋਣਾ ਨਹੀਂ ਹੈ ਚੱਲ ਚੁੱਪ ਕਰ ਮੈਨੂੰ ਪਤਾ ਸੀ ਮੈਂ ਵੀ ਇਹ ਨਾਟਕ ਹੀ ਕੀਤਾ ਸੀ ਤੈਨੂੰ ਦੋ ਦਿਨ ਅੱਡ ਕਰਕੇ ਮੈਂ ਕਿਹਾ ਕਰ ਨਾਲੇ ਪਤਾ ਲੱਗੇ ਤੈਨੂੰ ਸੱਚੀ ਮੰਮੀ ਆਹੋ ਤਾਂ ਤੁਸੀਂ ਮੈਨੂੰ ਕਹਿਣ ਡੇ ਸੀ ਕਿ ਹਾਂ ਤੂੰ ਆਪਣੇ ਘਰ 'ਚ ਆਪਣੀ ਰੋਟੀ ਅਲੱਗ ਬਣਾ ਮੈਂ ਤੈਨੂੰ ਬਾਹਰ ਨਹੀਂ ਕਿਤੇ ਜਾਣ ਦੇਣਾ ਮੈਂ ਵੇਖਣਾ ਚਾਹੁੰਦੀ ਸੀ ਕਿੰਨਾ ਕੁ ਤੂੰ ਕਰਦੀ ਆ ਮੰਮੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਤੇ ਮੈਂ ਕਿਹੜਾ ਪੁੱਤ ਤੇਰੇ ਬਿਨਾਂ ਰਹਿ ਸਕਦੀ ਆ ਮੇਰੇ ਦਿਲ ਨੂੰ ਪੁੱਛ ਕੇ ਵੇਖ ਜਿਹੜੀ ਸਵੇਰੇ ਬੈੱਡ ਤੇ ਬੈਠਿਆ ਮੈਨੂੰ ਆਵਾਜ਼ ਦਿੰਦੀ ਮੰਮੀ ਜੀ ਚਾਹ ਲੈ ਆਵੋ ਤੇ ਅੱਜ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਚਾਹ ਨਹੀਂ ਪੀਤੀ ਮੰਮੀ ਸਹੀ ਕਹਿੰਦੇ ਆ ਇੱਕ ਇੱਕ ਤੇ ਦੋ 11 ਨਾਲੇ ਵਿਆਹੇ ਰੱਬ ਜਿੰਨਾ ਰੂਹਾਂ ਦਾ ਮਿਲਾਪ ਕਰਾ ਦਿੰਦਾ ਨਾ ਉਹ ਕਦੇ ਨਾ ਵਿਛੜਨ ਵਿਛੜ ਕੇ ਰਿਹਾ ਵੀ ਨਹੀਂ ਜਾਂਦਾ ਮੰਮੀ ਚੱਲ ਬਸ ਕਰ ਚੱਲ ਹੁਣ ਆ ਚਾਹ ਪੀਏ ਤੇ ਨਾਲੇ ਰੋਟੀ ਖਾਈਏ ਤੈਨੂੰ ਪਤਾ ਮੈਂ ਵੀ ਨਹੀਂ ਖਾਧੀ ਰੋਟੀ ਪਰ ਮੈਂ ਭਾਂਡੇ ਨਹੀਂ ਮਾਂਜਨੇ ਬਾਅਦ ਚ ਕੋਈ ਗੱਲ ਨਹੀਂ ਹੁਣ ਭਾਂਡੇ ਲਾ ਵੀ ਮੈਂ ਦਿਆ ਕਰਾਂਗੀ ਚੱਲ ਆ ਨਹੀਂ ਮੰਮੀ ਮੈਂ ਸਾਰੀ ਰਸੋਈ ਸਾਫ ਕਰਾਂਗੀ ਤੇ ਭਾਂਡੇ ਵੀ ਲਾਵਾਂਗੀ ਮੈਂ ਤੇ ਮਜ਼ਾਕ ਕਰਦੀ ਪਈ ਸੀ ਮੈਨੂੰ ਖੁਦ ਨੂੰ ਸ਼ਰਮ ਚਾਹੀਦੀ ਆ ਕਿ ਤੁਸੀਂ ਇੰਨੀ ਇਹ 'ਚ ਹੋ ਕੇ ਵੀ ਮੇਰੇ ਨਾਲ ਅੱਧਾ ਕੰਮ ਵੰਡਿਆ ਹੋਇਆ ਵਾ ਅੱਧਾ ਕੰਮ ਤੁਹਾਡੇ ਸਿਰ ਤੇ ਸੁੱਟਿਆ ਮੈਂ ਫਿਰ ਵੀ ਮੈਂ ਇੱਦਾਂ ਕੀਤਾ ਹੁਣ ਗੱਲਾਂ ਕਰੀ ਜਾਏਗੀ ਕਿ ਮੈਨੂੰ ਵੀ ਰੋਟੀ ਖਵਾਏਗੀ ਮੈਂ ਵੀ ਭੁੱਖੀ ਹੈਗੀ ਆ